ਸੂਬੇਦਾਰ ਸਾਹਿਬ ਨੂੰ ਕਿੰਨੇ ਕਿੰਨੇ ਮਿਲਣਾ ਆ? ਵਾਹ ਜੀ ਵਾਹ ਜੀ ਵਾਹ। ਸੋ ਸਾਰੀ ਅਲਟਣ ਆਈ ਹੈ। ਸੂਬੇਦਾਰ ਜੋਗਿੰਦਰ ਸਿੰਘ 6 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ ਜੀ। ਪਹਿਲੀ ਫਿਲਮ ਹੈ ਪੰਜਾਬ ਦੀ ਜਿਹੜੀ ਬਾਇਓਪਿਕ ਬਣੀ ਹੈ ਕਿਸੇ ਦੇ ਉੱਤੇ। ਸੋ ਕੁਲਵਿੰਦਰ ਬਿੱਲਾ ਦੀ ਪਹਿਲੀ ਫਿਲਮ ਹੈ, ਰਾਜਵੀਰ ਜਵੰਦਾ ਦੀ ਪਹਿਲੀ ਫਿਲਮ ਹੈ, ਸ਼ਰਨ ਮਾਨ ਦੀ ਪਹਿਲੀ ਫਿਲਮ ਹੈ, ਜੱਗੀ ਅਤੇ ਬੋਲੀ ਤਾਂ ਪਹਿਲਾਂ ਵੀ ਆਏ ਨੇ। ਸੋ ਉਮੀਦ ਆ ਸਾਡੀ ਟੀਮ ਨੂੰ ਪਿਆਰ ਕਰੋਗੇ, ਬਾਕੀ ਗੱਲਾਂ ਉੱਤੇ ਜਾ ਕੇ ਕਰਦੇ ਹਾਂ। ਸੂਬੇਦਾਰ ਸਾਹਿਬ ਸਮੇਤ ਉਹਨਾਂ ਦੀ ਪੂਰੀ ਪਲਟਣ ਇੱਥੇ ਆ ਚੁੱਕੀ ਹੈ ਜੀ। ਸਵਾਗਤ ਕਰਦੇ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਸਭ ਤੋਂ ਪਹਿਲਾਂ ਥੋਟ ਕਿਵੇਂ ਆਇਆ, ਕਿਹਦੇ ਦਿਮਾਗ 'ਚ ਆਇਆ, ਤੁਹਾਡੇ ਆਪਣੇ ਦਿਮਾਗ 'ਚ ਆਇਆ ਜਾਂ ਕਿਸੇ ਹੋਰ ਦਾ? ਆਲਮੋਸਟ 3 ਸਾਲ ਹੋ ਗਏ ਜੀ ਜਦੋਂ ਅਸੀਂ ਇਸ ਫਿਲਮ ਦੇ ਉੱਤੇ ਵਰਕ ਕਰਨਾ ਸ਼ੁਰੂ ਕੀਤਾ ਸੀਗਾ। ਮੈਨੂੰ ਕਿਸੇ ਨੇ ਡਿਸਕਸ ਕੀਤਾ ਸੀ ਤਾਂ ਮੈਂ ਇਸ ਥੋਟ, ਮੈਂ ਪੂਰੀ ਰਿਸਰਚ ਕੀਤੀ ਤਾਂ ਮੈਨੂੰ ਲੱਗਿਆ ਕਿ ਯਾਰ ਬਹੁਤ ਹੀ ਅੱਛਾ ਟੋਪਿਕ ਹੈ। ਔਰ ਮੈਨੂੰ ਤਾਂ ਪਹਿਲਾਂ ਤਾਂ ਮੈਂ ਖੁਦ ਨੂੰ ਆਪਣੇ ਆਪ ਨੂੰ ਬੜਾ ਅਸ਼ੇਮਡ ਫੀਲ ਕੀਤਾ ਕਿ ਸੂਬੇਦਾਰ ਜੋਗਿੰਦਰ ਸਿੰਘ ਮੋਗੇ ਦੀ ਧਰਤੀ 'ਤੇ ਸਾਡੇ ਪੰਜਾਬ ਦੇ ਪੁੱਤ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਇੰਨਾ ਕੁਛ ਕੀਤਾ ਸਾਡੇ ਲਈ, ਪਰ ਸਾਨੂੰ ਉਹਨਾਂ ਬਾਰੇ ਪੂਰੀ ਨੌਲੇਜ ਹੀ ਨਹੀਂ ਗੀ। ਸੋ ਇਸ ਤੋਂ ਮਾੜਾ ਕੀ ਹੋ ਸਕਦਾ ਵਾ? ਅਤੇ ਫਿਰ ਅਸੀਂ ਪੂਰਾ ਵਰਕਆਊਟ ਸਟਾਰਟ ਕੀਤਾ ਜੀ। ਫਿਲਮ ਬਹੁਤ ਜ਼ਿਆਦਾ ਵੱਡੀ ਸੀਗੀ, ਪਹਿਲਾਂ ਤਾਂ ਸਾਨੂੰ ਸੀਗਾ ਕਿ ਐਡੀ ਫਿਲਮ ਅਟੈਂਪਟ ਨਹੀਂ ਹੋ ਸਕਦੀ, ਪਰ ਐਫਰਟ ਕੀਤੀ ਜੀ। ਡਾਇਰੈਕਟਰ ਸਾਹਿਬ ਸਾਡੇ, ਰਾਈਟਰ ਨੇ, ਡਾਇਰੈਕਟਰ ਨੇ, ਪ੍ਰੋਡਿਊਸਰ ਨੇ, ਫਿਰ ਸਾਰੀ ਟੀਮ ਇਕੱਠੀ ਕੀਤੀ ਗਈ, ਕਿਉਂਕਿ ਨਾਂ ਫਿਲਮ ਦਾ ਜ਼ਰੂਰ ਸੂਬੇਦਾਰ ਜੋਗਿੰਦਰ ਸਿੰਘ ਹੈ, ਪਰ ਇਹ ਇੱਕ ਬੰਦੇ ਦੀ ਫਿਲਮ ਨਹੀਂ ਹੈ, ਇਹ ਪਲਟਣ ਦੀ ਫਿਲਮ ਹੈ। ਜਿੱਦਾਂ ਟ੍ਰੇਲਰ ਆਇਆ ਜਾਂ ਗਾਣੇ ਜਾਂ ਹੁਣ ਪਬਲਿਸਿਟੀ ਪ੍ਰਮੋਸ਼ਨ ਹੋ ਰਹੀ ਆ, ਜਿੰਨਾ ਮਾਣ ਸਤਿਕਾਰ ਸਾਨੂੰ ਖੱਬੇ ਸੱਜੇ ਜਾ ਕੇ ਮਿਲ ਰਿਹਾ ਵਾ, ਸ਼ਾਇਦ ਉਹ ਕਈ ਹੋਰ ਵੱਡੀਆਂ ਹਿੱਟ ਫਿਲਮਾਂ ਤੋਂ ਬਾਅਦ ਵੀ ਨਹੀਂ ਮਿਲਦਾ। ਸੋ ਖੁਸ਼ਕਿਸਮਤ ਆ ਕਿ ਇਸ ਕਹਾਣੀ ਦਾ ਹਿੱਸਾ ਬਣਿਆ ਜੀ। ਸਭ ਤੋਂ ਮਤਲਬ ਵੱਡੀ ਗੱਲ ਜੋ ਮੈਨੂੰ ਲੱਗਦੀ ਹੈ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਇਹੋ ਜਿਹੇ ਟੌਪਿਕ ਨੂੰ ਚੁਣਨਾ। ਬਿਲਕੁਲ ਜੀ, ਹਿੰਦੀ 'ਚ ਤਾਂ ਪਹਿਲਾਂ ਹੀ ਬਹੁਤ ਵੱਡੀਆਂ ਵੱਡੀਆਂ ਫਿਲਮਾਂ, ਬੜੇ ਵੱਡੇ ਵੱਡੇ ਅਟੈਂਪਟ ਹੋਏ ਨੇ। ਆਪਾਂ ਕਹਿ ਦਿੰਦੇ ਹਾਂ, ਕਈ ਵਾਰੀ ਕਹਿਣਾ ਬੜਾ ਸੌਖਾ ਹੁੰਦਾ ਕਿ ਆਪਾਂ ਜੀ ਬਾਲੀਵੁੱਡ ਨੂੰ ਕੱਟ ਗਏ, ਐਂ ਹੋ ਗਿਆ, ਉਹ ਹੋ ਗਿਆ। ਸੋ ਚੀਜ਼ਾਂ ਕਹਿਣੀ ਅਤੇ ਕਰਨੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੋ ਜਾਂਦਾ। ਸੋ ਬਟ ਦੇਖੋ, ਇਸ ਫਿਲਮ ਤੋਂ ਬਾਅਦ, ਕਿਉਂਕਿ ਫਿਲਮ ਹਿੰਦੀ 'ਚ ਵੀ ਰਿਲੀਜ਼ ਕੀਤੀ ਜਾ ਰਹੀ ਹੈ, ਅਤੇ ਜਿਹੜੇ ਬੰਦਿਆਂ ਨੂੰ ਪੰਜਾਬੀ ਘੱਟ ਸਮਝ ਆਉਂਦੀ, ਜਿਹੜੇ ਹਿੰਦੀ ਵਾਲੇ ਲੋਕ ਨੇ, ਅਤੇ ਸਾਡੀ ਕੋਸ਼ਿਸ਼ ਆ ਹਿੰਦੀ 'ਚ ਰਿਲੀਜ਼ ਕੀਤੀ ਜਾਵੇ। ਵਾਹਿਗੁਰੂ ਨੇ ਮਿਹਰ ਕਰੀ, ਫਿਲਮ ਬਹੁਤ ਸਕਸੈਸ ਹੋਈ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਬਾਕੀ ਰੀਜਨਲ ਲੈਂਗੁਆਂ ਦੇ ਵਿੱਚ, ਲੈਂਗੁਏਜਸ ਦੇ ਵਿੱਚ ਵੀ ਫਿਲਮ ਨੂੰ ਡੱਬ ਕਰਕੇ ਉੱਧਰ ਲਿਜਾਇਆ ਜਾਵੇ। ਤੁਹਾਨੂੰ ਸਾਰਿਆਂ ਨੂੰ ਮੈਂ ਪੁੱਛੂੰਗੀ ਕਿ ਸੱਚੀ 'ਚ ਲੱਗਿਆ ਕਿ ਅਸੀਂ ਸੱਚੀ 'ਚ ਕੋਈ ਜੰਗ ਲੜ ਰਹੇ ਹਾਂ? ਮੈਨੂੰ ਇਹ ਕਦੇ ਕਦੇ ਚੀਜ਼ਾਂ ਸਾਨੂੰ ਸਾਰਿਆਂ ਨੂੰ ਇਹ ਬਹੁਤ ਫੀਲ ਹੋਈਆਂ। ਸੋ ਫਿਲਮਾਂ ਤਾਂ ਆਉਂਦੀਆਂ ਨੇ, ਫਿਲਮਾਂ ਬਣਦੀਆਂ ਨੇ, ਫਿਲਮਾਂ ਜਾਂਦੀਆਂ ਨੇ, ਪਰ ਇਹ ਫਿਲਮ ਨੇ ਸਾਡੇ ਮਨਾਂ ਦੇ ਵਿੱਚ ਫੌਜੀ ਭਰਾਵਾਂ ਲਈ ਐਡੀ ਵੱਡੀ ਰਿਸਪੈਕਟ ਖੜੀ ਕਰ ਦਿੱਤੀ ਹੈ, ਮੈਨੂੰ ਲੱਗਦਾ ਜਿਹੜੀ ਸਾਰੀ ਜ਼ਿੰਦਗੀ ਕਦੇ ਖਤਮ ਨਹੀਂ ਹੋ ਸਕਦੀ। ਔਰ ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਜਿੱਥੇ ਜਿੱਥੇ ਜਾਈਏ ਜਿੰਨਾ ਫਿਲਮ ਦਾ ਪ੍ਰਚਾਰ ਹੋ ਸਕੇ, ਉਹ ਇੱਕ ਅਲੱਗ ਗੱਲ ਹੈ। ਫਿਲਮ ਤੋਂ ਬਾਅਦ ਵੀ ਅਸੀਂ ਫੌਜੀ ਭਰਾਵਾਂ ਲਈ ਜੇ ਕੁਝ ਜ਼ਿੰਦਗੀ 'ਚ ਕਰ ਸਕਦੇ ਹੋਏ ਤਾਂ ਅਸੀਂ ਕਰੀਏ। ਕੀ ਬਾਤ ਹੈ,